पिछले दिनों जिला कपूरथला में एक प्राइवेट लिमिटेड कंपनी चलाने वाले 5 व्यक्तियों द्वारा 25 महीनों में पैसा दुगना करने का झांसा देकर पंजाब प्रदेश के भोले भाले लोगों से तकरीबन 50 करोड़ रुपए से अधिक की मोटी रकम की ठगी मारने का मामला सामने आया था, जिसके चलते पैस कंपनी चलाने वाले 5 लोगों में से एक व्यक्ति कैनेडा भाग चुका था और बाकी अन्य 4 लोग भी विदेश भागने की फिराक में थे। इतना ही नहीं, कंपनी संचालकों द्वारा कर्मचारियों पर झूठे आपराधिक मामले दर्ज करवा उनका पैसा हजम करने की बात SSP दफ्तर उस समय सामने आई थी जब शिकायतकर्ता शिकायत देने पहुंचे थे, तभी यह मामला मीडिया में आया था। आखिरकार एक हफ्ता बीत जाने के बाद पैस लाइफ मार्केटिंग प्राइवेट लिमिटेड कंपनी चलाने वाले 5 संचालकों में से कंपनी के 2 डायरेक्टर अरुण कुमार तथा हरीश पावर द्वारा मीडिया कैमरों के आगे आकर प्रेस कॉन्फ्रेंस कर कंपनी द्वारा लोगों के रुपए पैसे हड़पने के आरोपों का खंडन करते हुए कहा, कंपनी द्वारा किसी भी व्यक्ति का कोई भी रुपया पैसा नहीं हड़पा गया है। जिस किसी भी व्यक्ति का कंपनी में पैसा आया है, कंपनी उनके पैसे रुपए पैसे देने के लिए वचनबद्ध है। और जो व्यक्ति विदेश भागने की बात कर रहे हैं, अगर उन्हें लगता है कि हम विदेश भाग जाएंगे तो हम कपूरथला पुलिस को अपने पासपोर्ट जमा करवाने को भी तैयार हैं। कंपनी संचालकों ने कहा, कंपनी में बड़े कमीशन एजेंट टीम लीडर सुमन, हरदीप, अदालती अजय कुमार मौर्य के नाम लेते हुए उन्होंने कहा कि इन लोगों ने कंपनी के नाम पर करोड़ों रुपए लोगों से लिए हैं लेकिन कंपनी में नहीं पहुंचाए। अब इन सभी टीम लीडरों के खिलाफ DGP पंजाब, IG जलंधर जोन, SSP कपूरथला तथा मुख्य महासचिव मुख्यमंत्री पंजाब को लिखित शिकायत भी दी गई है और उच्च स्तरीय जाँच की मांग की जा रही है। एंड मेरी पूरी फैमिली का, मेरे मदर इन लॉ, मेरे फादर इन लॉ एंड मेरे मॉम, मेरे सिस्टर जी ने सपोर्ट ना, मैं आज इतने पहुंची हाँ। थैंक यू, थैंक यू, थैंक यू। पेस लाइट, जय पेस लाइट। ਅਠੱਤੀ ਲੋਕਾਂ ਵੱਲੋਂ ਤੁਹਾਡੇ ਖਿਲਾਫ ਸ਼ਿਕਾਇਤ ਦਿੱਤੀ ਗਈ। ਉਦੋਂ ਬਾਅਦ ਉਹਨਾਂ ਵੱਲੋਂ ਆਰੋਪ ਵੀ ਲਗਾਏ ਗਏ ਕਿ ਤੁਹਾਡੇ ਪਰਿਵਾਰਕ ਮੈਂਬਰ ਵੀ ਇਸ 'ਚ ਇਨਵੋਲਵ ਨੇ ਅਤੇ ਤੁਸੀਂ ਵਿਦੇਸ਼ ਵੀ ਭੱਜੇ ਜਾ ਸਕਦੇ। ਕੀ ਕਹਿਣਾ ਚਾਹੋਗੇ ਸਾਰੇ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਂ ਅਰੁਣ ਕੁਮਾਰ, ਮੈਂ ਰਸੂਲਪੁਰ ਬ੍ਰਾਹਮਣਾ ਤੋਂ ਹੈਗਾ ਹਾਂ। ਪੇਸ ਲਾਈਫ ਦੇ ਵਿੱਚ ਬਤੌਰ ਡਾਇਰੈਕਟਰ ਮੈਂ ਕੰਮ ਕਰ ਰਿਹਾ ਹਾਂ। ਅਗਰ ਗੱਲ ਕੀਤੀ ਜਾਵੇ ਇਸ ਆਰੋਪ ਦੀ, ਇਹ ਆਰੋਪ ਸਿਰਫ ਅਤੇ ਸਿਰਫ ਬੇਬੁਨਿਆਦ ਹੈ ਜੀ। ਇਹ ਇਸ ਲਈ ਕੀਤੇ ਜਾ ਰਹੇ ਹੈਗੇ ਆ ਕਿਉਂ? ਕਿਉਂਕਿ ਸਾਡੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਆ। ਜਿਹੜਾ ਇੱਕ ਪਰਚਾ ਹੋਇਆ ਸੀਗਾ 307 ਦਾ, ਜਿਹੜਾ ਸਾਡੇ ਪਾਰਟਨਰ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਸੀਗਾ ਕਿ ਉਹਨੂੰ ਅਸੀਂ ਵਾਪਸ ਲੈ ਲਈਏ। ਔਰ ਕੁਛ ਲੀਡਰਸ ਜਿਨ੍ਹਾਂ ਨੇ ਕੁਛ ਲੋਕਾਂ ਦਾ ਪੈਸਾ ਖਾਧਾ ਹੈਗਾ ਆ, ਉਹ ਕਿਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਾ ਆ ਜਾਵੇ, ਜਿਹਦੇ ਕਰਕੇ ਸਾਡੇ 'ਤੇ ਆਰੋਪ ਲਗਾਏ ਜਾਂਦੇ, ਸਾਡੇ 'ਤੇ ਪ੍ਰੈਸ਼ਰ ਪਾਇਆ ਜਾਂਦਾ ਆ। ਸਾਨੂੰ ਤਾਂ ਬਦਨਾਮ ਕਰ ਹੀ ਰਹੇ ਹੈਗੇ ਆ, ਕੰਪਨੀ ਨੂੰ ਬਦਨਾਮ ਕਰ ਹੀ ਰਹੇ ਹੈਗੇ, ਲੇਕਿਨ ਨਾਲ ਦੀ ਨਾਲ ਸਾਡੀ ਫੈਮਿਲੀ ਮੈਂਬਰ ਜਿਨ੍ਹਾਂ ਦਾ ਇਸ ਕੰਪਨੀ ਨਾਲ ਕੋਈ ਲੈਣ ਦੇਣ ਹੀ ਹੈ ਨਹੀਂ ਗਾ, ਜਿੱਦਾਂ ਕਿ ਹਰੀਸ਼ ਭਾਜੀ ਜੀ ਦੇ ਛੋਟੇ ਬ੍ਰਦਰ ਅਤੇ ਰਣਵੀਰ ਪਵਾਰ, ਉਹਨਾਂ ਦਾ ਨਾਮ ਵਿੱਚ ਇਨਵੋਲਵ ਹਰ ਵਾਰ ਕੀਤਾ ਜਾਂਦਾ ਆ। ਉਹਨਾਂ ਦਾ ਕੰਪਨੀ ਦੇ ਵਿੱਚ ਨਾ ਤਾਂ ਕੋਈ ਅਹੁਦਾ ਹੈਗਾ ਆ ਅਤੇ ਨਾ ਹੀ ਕੰਪਨੀ ਦੇ ਵਿੱਚ ਉਹਨਾਂ ਦਾ ਕੋਈ ਲੈਣ ਦੇਣ ਆ। ਔਰ ਮੇਰੇ ਵੱਡੇ ਬ੍ਰਦਰ ਜਿਹੜੇ ਹੈਗੇ ਆ, ਵਰੁਣ ਕੁਮਾਰ ਸ਼ਰਮਾ, ਵਿੱਕੀ ਜਿਹਨਾਂ ਦਾ ਨਾਮ ਹੈਗਾ ਆ, ਉਹਨਾਂ ਨੂੰ ਵੀ ਇਸੇ ਚੀਜ਼ ਦੇ ਵਿੱਚ ਇਨਵੋਲਵ ਕੀਤਾ ਜਾਂਦਾ ਹੈਗਾ ਆ। ਔਰ ਬਾਰ ਬਾਰ ਉਹਨਾਂ ਦਾ ਨਾਂ ਲਿਆ ਜਾਂਦਾ ਆ, ਨਾ ਕਿ ਉਹਦਾ ਕੰਪਨੀ ਵਿੱਚ ਕੋਈ ਅਹੁਦਾ ਹੈਗਾ ਆ, ਨਾ ਹੀ ਕੋਈ ਕੰਪਨੀ ਦੇ ਵਿੱਚ ਕੋਈ ਲੈਣ ਦੇਣ ਹੈਗਾ ਆ, ਉਹ ਨਾ ਹੀ ਕੰਪਨੀ ਦੇ ਵਿੱਚ ਉਹ ਆਉਂਦੇ ਜਾਂਦੇ ਹੈਗੇ ਆ। ਸਿਰਫ ਤਾਂ ਸਿਰਫ ਕੋਈ ਫੰਕਸ਼ਨ ਹੈਗਾ ਆ ਅਤੇ ਉਹ ਕਿਤੇ ਇਨਵੋਲਵ ਹੋਏ ਹੋਣਗੇ, ਵੈਸੇ ਉਹ ਇਨਵੋਲਵ ਵੀ ਨਹੀਂ ਹੁੰਦੇ, ਲੇਕਿਨ ਸਿਰਫ ਤਾਂ ਸਿਰਫ ਸਾਡੇ 'ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਆ। ਅਤੇ ਦੂਸਰੀ ਗੱਲ ਜਿਹੜੀ ਗੱਲ ਕਰ ਰਹੇ ਹੈਗੇ ਕਿ ਅਸੀਂ ਬਾਹਰ ਚਲੇ ਜਾਣਾ ਹੈਗਾ ਆ, ਇਹ ਨੀਅਰ ਅਬਾਊਟ ਮੇਰੇ ਹਿਸਾਬ ਨਾਲ ਪਿਛਲੇ 1.5 ਸਾਲ ਤੋਂ ਹੀ ਚੱਲਦੀ ਆ ਰਹੀ ਆ ਕਿ ਇਹਨਾਂ ਨੇ ਬਾਹਰ ਚਲ ਜਾਣਾ, ਇਹਨਾਂ ਨੇ ਬਾਹਰ ਚਲ ਜਾਣਾ। ਜੇ ਅਸੀਂ ਬਾਹਰ ਜਾਣਾ ਹੁੰਦਾ ਤਾਂ ਅਸੀਂ 1.5 ਸਾਲ ਪਹਿਲਾਂ ਵੀ ਜਾ ਸਕਦੇ ਸੀਗੇ, ਲੇਕਿਨ ਅੱਜ ਵੀ ਅਸੀਂ ਕਪੂਰਥਲਾ ਵਿੱਚ ਬੈਠੇ ਹਾਂ। ਕਿਉਂ? ਕਿਉਂਕਿ ਅਸੀਂ ਕੋਈ ਫਰੋਡ ਨਹੀਂ ਕੀਤਾ। ਅੱਜ ਅਸੀਂ ਸਿਰਫ ਖੁਲਾਸਾ ਕਰਦੇ ਹਾਂ ਉਹਨਾਂ ਲੋਕਾਂ ਦਾ ਜਿਹਨਾਂ ਲੋਕਾਂ ਨੇ ਫਰੋਡ ਕੀਤਾ ਹੈਗਾ ਆ, ਕੰਪਨੀ ਨੇ ਫਰੋਡ ਕੀਤਾ ਹੈਗਾ ਆ। ਹੁਣ ਤੁਸੀਂ ਇਹ ਚੀਜ਼ ਦੇਖਦੇ ਹਾਂ ਕਿ ਆਪਾਂ ਕਿੰਨੇ ਲੋਕਾਂ ਨੂੰ ਕਹਿੰਦੇ ਹਾਂ ਕਿ ਆਹ ਇੰਨੇ ਲੋਕਾਂ ਨੇ ਸਾਡੇ 'ਤੇ ਕੰਪਲੇਂਟ ਦਿੱਤੀ ਹੈ ਕਿ ਇਹ ਫਰੋਡ ਕਰਕੇ ਕੰਪਨੀ ਅੱਜ ਵੀ ਇੱਥੇ ਲੋਕ ਘੁੰਮਦੇ ਪਏ ਹੈਗੇ ਆ, ਪਰ ਉਹ ਲੀਡਰ ਜਿਹੜੇ ਹੈਗੇ ਆ ਅੱਜ ਵੀ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਦੇ ਪਏ ਆ। ਇਹਦਾ ਮਤਲਬ ਕੀ ਆ? ਉਹ ਕਿਸੇ ਹੋਰ ਕੰਪਨੀ 'ਚ ਹੁਣ ਫਰੋਡ ਕਰਨ ਦੀ ਚਾਂਸ 'ਚ ਆ। ਪਹਿਲਾਂ ਇੱਧਰੋਂ ਫਰੋਡ ਕੀਤਾ ਲੋਕਾਂ ਦੇ ਨਾਲ, ਹੁਣ ਉਹ ਕਿਸੇ ਹੋਰ ਕੰਪਨੀ 'ਚ ਚਲ ਗਏ ਹੋਏ ਆ। ਕਈ ਲੋਕਾਂ ਨੇ ਤਾਂ ਆਪਣੀ ਖੁਦ ਦੀ ਕੰਪਨੀ ਬਣਾ ਲਈ ਹੋਈ ਆ। ਇਹਦਾ ਮਤਲਬ ਫਰੋਡ ਅਸੀਂ ਨਹੀਂ ਕਰ ਰਹੇ, ਫਰੋਡ ਕਰ ਰਹੇ ਆ ਲੋਕ।
प्रशासन तो की मांग करना चाहते हो? प्रशासन तो सिर्फ यही मांग करते हैं कि इस चीज़ की पूरी जाँच की जाए और असी पूरा हिस्सा बनांगे उस चीज़ का, उस जाँच का, कि जो भी सच है वह सारा लोगों के सामने लिया जाए। जी सुनने आ रहा है सुमन मैम है कपूरथला तो, इन्होंने अपनी एक कंपनी बनाई हैगी है। उस तो बाद दीप खन्ना जी है किसी होर कंपनी के काम करते पे आ, जिहड़े भी लोग कंप्लेट देंदे पे है जिदा कि उस दे विच अपने अदालती प्रसाद जी है, ये वो लोग है जी जिहड़े इत्थों लखां रुपया लै चुके हुए आ, अज ये कंप्लेट देंदे पे कि कंपनी ने धोखाधड़ी की हैगी आ। अगर मैं इन्हां लोगों का कुछ डाटे की गल करा, अगर अदालती प्रसाद की गल करा, नियर अबाउट 30 लाख रुपया इस बंदे नूं जा चुका होया आ। और अगर मैं गल करा दीप खन्ने की, नियर अबाउट 25 लाख रुपया इनू भी जा चुका होया आ। अज यही गल बोलते पे कि कंपनी ने फ्रॉड किया है, यही कंप्लेंट्स देंदे पे आ कि कंपनी ने फ्रॉड किया है, जबकि फ्रॉड इन लोगों ने किया है। जो उस चीज़ का सानू पता लगा, असी भी उस चीज़ की जिहड़ी दरखास्त हैगी आ अपने SSP साहब DGP साहब नू दे चुके हुए हैं जी, कि उस चीज़ की भी पूरी की पूरी जाँच पड़ताल की जाए कि यह पैसा असल दे विच है कित्थे। सत श्री अकाल जी, मेरा नाम हरीश पवार, मेरा पिंड खोजेवाल, पेसलाइन मार्केटिंग प्राइवेट लिमिटेड दे विच मैं बतौर डॉक्टर काम करदा हां जी। भी अज बड़े सारे लोगों वालों साडे उपर एलीगेशन लग रहे हैं भी जिहड़े प्रेस कॉन्फ्रेंस दे विच सामने आए सीगे भी वो जिन्ने भी आरोप हैगे साडे उपर सारे बेबुनियाद आ, क्योंकि वो एक सोची समझी साडे लई एक साजिश हैगी आ, जिहदे विच एक मैं नाम लूँगा अजय कुमार मौर्या, क्योंकि अजय कुमार मौर्या भी साडी कंपनी दे विच कमीशन एजेंट दे वजो काम करदा सीगा। भी उन्हें की कीता, कंपनी दे नाम दे उपर लखां रुपया लोगों के कोलो ठग लिया। जदों सानू उस चीज़ बारे पता लगा तो उन्हूं असी ऑफिस दे विच बुलाया गलबात करन दे लई, जदों उन्हूं सवाल जवाब किए उन्हें कोई ढुकमा जवाब नहीं दिता, उल्टा मैनूं धमकी दे के चला गया। तो इस तैश दे विच आ के उन्हें मेरे उपर हमला भी किया, तो मैं उसकी दरख्वास्त दी, तो उत्ते बनती कार्रवाई कानून वालों 307 दा उत्ते परचा भी दर्ज होया। भी उन्हें अज उस चीज़ का बदला लैण दे लई भी ये जिहड़ियां दरख्वास्तां हैगियां झूठियां मेरे खिलाफ करवाइयां, कंपनी खिलाफ करवाइयां, मेरे परिवार के मैंबरां दे खिलाफ करवाइयां। ਜਿਹੜਾ ਕਿ ਜਿਹੜਾ ਕਪਲਾ ਕਹਿੰਦੇ ਤੁਹਾਡੇ 'ਤੇ ਆਰੋਪ ਲੱਗਦੇ ਪਏ ਆ, ਉਹਦੇ ਵਿੱਚ ਤੁਹਾਡੀ ਕੰਪਨੀ ਦੀ ਕੀ ਭੂਮਿਕਾ ਅਤੇ ਜਿਹੜੇ ਟੀਮ ਲੀਡਰ ਸੀਗੇ ਉਹਨਾਂ ਦੀ ਕੀ ਭੂਮਿਕਾ ਕੀ ਨਾਮ? ਸਰ ਇੱਦਾਂ ਸੀਗਾ, ਇਹ ਜਿਹੜੇ ਕਰੋੜਾਂ ਰੁਪਏ ਦੇ ਘਪਲੇ ਦੇ ਆਰੋਪ ਲੱਗਦੇ ਪਏ ਆ, ਵੀ ਪਹਿਲੀ ਚੀਜ਼ ਸਾਡੀ ਕੰਪਨੀ ਦਾ ਜਿਹੜਾ ਮੁੱਖ ਟੀਚਾ ਸੀਗਾ, ਜੋ ਸਾਡਾ ਕੰਪਨੀ ਦਾ ਕੰਮ ਸੀਗਾ, ਉਹ ਸੀਗਾ ਸਾਡਾ ਪ੍ਰੋਡਕਟ ਨੂੰ ਸੇਲ ਕਰਨਾ, ਅਤੇ ਜਿਹੜੇ ਲੋਕ ਸਾਡੇ ਕੋਲੋਂ ਪ੍ਰੋਡਕਟ ਖਰੀਦ ਕੇ ਸਾਡੇ ਨਾਲ ਜੁੜਦੇ ਸੀਗੇ, ਅਤੇ ਸਾਡਾ ਮੇਨ ਇੱਕ ਮੁੱਖ ਮੰਤਵ ਅਤੇ ਮੁੱਖ ਟੀਚਾ ਇਹ ਸੀਗਾ ਵੀ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ। ਵੀ ਜਿਹੜੇ ਅੱਜ ਆਰੋਪ ਲੱਗਦੇ ਪਏ ਆ ਵੀ ਉਹ ਜਿਹੜੇ ਸਾਡੀ ਕੰਪਨੀ ਦੇ ਵਿੱਚ ਕਮਿਸ਼ਨ ਏਜੰਟ ਕੰਮ ਕਰਦੇ ਸੀਗੇ, ਵੀ ਕਰੋੜਾਂ ਰੁਪਈਆ ਕੰਪਨੀ ਦੇ ਵਿੱਚ ਆਇਆ ਹੀ ਨਹੀਂ, ਵੀ ਉਹ ਲੋਕਾਂ ਨੇ ਵੀ ਉਹ ਲੀਡਰਾਂ ਨੇ ਜਿਹੜੇ ਕਮਿਸ਼ਨ ਏਜੰਟ ਸੀਗੇ ਵੀ ਉਹਨਾਂ ਨੇ ਪੈਸਾ ਆਪਣੇ ਕੋਲ ਹੀ ਰੱਖ ਲਿਆ, ਕੰਪਨੀ ਕੋਲ ਆਇਆ ਨਹੀਂ। ਵੀ ਮੈਂ ਇਹ ਚੀਜ਼ ਕਹਿੰਦਾ ਹਾਂ ਵੀ ਜਿਹੜਾ ਵੀ ਅਸੀਂ ਗੱਲ ਬੋਲਦੇ ਹਾਂ ਵੀ ਅਸੀਂ ਪ੍ਰਸ਼ਾਸਨ ਦੇ ਅੱਗੇ ਵੀ ਜੇ ਕੰਪਲੇਂਟ ਕਿਸੇ ਨੇ ਵੀ ਕੀਤੀ ਆ ਵੀ ਅਸੀਂ ਪੂਰਾ ਡਾਕੂਮੈਂਟਰੀ ਉਹਦਾ ਪਰੂਫ ਦੇਵਾਂਗੇ, ਵੀ ਜਿੰਨਾ ਵੀ ਕੰਪਨੀ ਦੇ ਵਿੱਚ ਪੈਸਾ ਆਇਆ ਜੇ ਕੋਈ ਲੈਣ ਦੇਣ ਹੋਊਗਾ ਕੰਪਨੀ ਦਾ, ਕੰਪਨੀ ਉਹਦੇ ਲਈ ਵਚਨਬੱਧ ਆ, ਉਹ 100% ਹੋਊਗਾ। ਪਰ ਜਿਹੜੇ ਬੇਬੁਨਿਆਦ ਝੂਠੇ ਇਲਜ਼ਾਮ ਲੱਗਦੇ ਪਏ ਆ ਵੀ ਉਹ ਇਹ ਲੀਡਰ ਹੀ ਆ ਵੀ ਜਿਹੜਾ ਲੱਖਾਂ ਰੁਪਈਆ ਇਹਨਾਂ ਦੇ ਕੋਲ ਪਿਆ, ਵੀ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਹਾਂ ਵੀ ਜੇ ਕਿਸੇ ਲੋਕਾਂ ਦਾ ਪੈਸਾ ਹੈਗਾ ਆ ਵੀ ਉਹ ਇਹਨਾਂ ਲੀਡਰਾਂ ਦੇ ਕੋਲ ਆ, ਵੀ ਉਹ ਲੀਡਰ ਅਸੀਂ ਇਹੀ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਸਾਡੀ ਗੱਲ ਨੂੰ ਸੁਣਿਆ ਜਾਵੇ, ਵੀ ਸਾਡੀ ਕੰਪਨੀ ਦੀ ਪੂਰੀ ਜਾਂਚ ਕੀਤੀ ਜਾਵੇ, ਨਿਰਪੱਖ ਜਾਂਚ ਹੋਵੇ, ਵੀ ਜਿਹੜਾ ਕਿਸੇ ਲੀਡਰ ਦੇ ਕੋਲ ਕਮਿਸ਼ਨ ਏਜੰਟ ਦੇ ਕੋਲ ਪੈਸਾ ਪਿਆ ਵੀ ਉਹ ਆਮ ਲੋਕਾਂ ਨੂੰ ਦਿੱਤਾ ਜਾਵੇ, ਦਵਾਇਆ ਜਾਵੇ। ਕਿਸ ਤਰ੍ਹਾਂ ਪੈਸਾ ਦਿੱਤਾ ਜਾਂਦਾ ਸੀਗਾ ਲੀਡਰਾਂ ਨੂੰ, ਜਿੱਦਾਂ ਮਤਲਬ ਅੱਗੇ ਲੋਕਾਂ ਨੂੰ ਕਿਸ ਤਰ੍ਹਾਂ ਦਿੱਤਾ ਪਿਆ, ਅਕਾਊਂਟ ਦਿੱਤਾ ਜਾਂਦਾ ਸੀ ਕਿਦਾਂ? ਜਿੰਨਾ ਵੀ ਪੈਸਾ ਸਰ ਹੈਗਾ ਆ, ਜਿੰਨਾ ਵੀ ਕੰਪਨੀ ਦੇ ਵਿੱਚ ਪੈਸਾ ਆਇਆ ਬਾਈ ਅਕਾਊਂਟ ਆਇਆ, ਜੋ ਵੀ ਪੈਸਾ ਅਸੀਂ ਦਿੱਤਾ ਉਹ ਵੀ ਬਾਈ ਅਕਾਊਂਟ ਦਿੱਤਾ, ਵੀ ਸਾਡੇ ਕੋਲ ਇੱਕ ਇੱਕ ਚੀਜ਼ ਦਾ ਪਰੂਫ ਹੈਗਾ ਜੀ ਵੀ ਕਿਹਨੂੰ ਅਸੀਂ ਕਿੰਨਾ ਪੈਸਾ ਦਿੱਤਾ ਹੈਗਾ। ਇਸ ਸੰਬੰਧੀ ਜਿਹੜੀ ਕਿ ਕੰਪਨੀ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਂ ਲਿਖਤੀ ਕੋਈ ਸ਼ਿਕਾਇਤ ਵੀ? ਹਾਂਜੀ ਬਿਲਕੁਲ ਜੀ, ਅਸੀਂ ਆਪਣੇ ਇਸ ਸੰਬੰਧ ਦੇ ਵਿੱਚ ਜਿਨ੍ਹਾਂ ਨੇ ਸਾਡੇ ਖਿਲਾਫ਼ ਝੂਠੀਆਂ ਦਰਖਾਸਤਾਂ ਦਿੱਤੀਆਂ ਹੈਗੀਆਂ, ਇਸ ਸੰਬੰਧ ਦੇ ਵਿੱਚ ਅਸੀਂ DGP ਪੰਜਾਬ ਉਹਨਾਂ ਨੂੰ ਦਰਖਾਸਤ ਦਿੱਤੀ ਹੈਗੀ ਆ, SSP ਕਪੂਰਥਲਾ, IG ਸਾਹਿਬ ਨੂੰ ਅਤੇ CM ਸਾਹਿਬ ਨੂੰ ਅਸੀਂ ਆਪਣੀ ਇਹ ਕੰਪਲੇਂਟ ਪੁੱਟ ਅਪ ਕਰ ਚੁੱਕੇ ਹਾਂ। ਹੋਰ ਵੀ ਟੀਮ ਲੀਡਰ ਜਿਹੜੇ ਆਰੋਪ ਲਗਾ ਰਹੇ ਨੇ ਤੁਹਾਡੇ ਵੱਲੋਂ, ਉਹਨਾਂ ਦਾ ਕੀ ਨਾਂ, ਕੀ ਮਤਲਬ ਨਾਮ ਹੈ ਅਤੇ ਕਿੰਨੇ ਕਹੇ ਜੋ ਵੀ? ਸਰ ਇੱਕ ਉਹਨਾਂ ਦਾ ਇੱਕ ਅਸੀਂ ਡਾਟਾ ਤਿਆਰ ਕੀਤਾ ਆ ਵੀ ਜਿਹੜੇ ਲੀਡਰ ਹੈਗੇ ਆ ਜਿਹੜੇ ਅੱਜ ਸਾਹਮਣੇ ਆ ਕੇ ਆਰੋਪ ਲਗਾ ਰਹੇ ਆ, ਸਿਰਫ ਕੀ ਆ ਉਹ ਆਪਣੇ ਝੂਠ ਨੂੰ ਉਹਦੇ ਉੱਪਰ ਪਰਦਾ ਪਾਉਣਾ ਚਾਹੁੰਦੇ ਆ, ਸਿਰਫ ਕੰਪਨੀ ਨੂੰ ਬਦਨਾਮ ਕਰਕੇ, ਕੰਪਨੀ ਦੀ ਆੜ ਦੇ ਵਿੱਚ ਕੰਪਨੀ ਨੂੰ ਬਦਨਾਮ ਕਰਦੇ ਪਏ ਆ, ਵੀ ਆਪਣਾ ਜਿਹੜਾ ਸੱਚ ਆ ਉਹਨੂੰ ਲੁਕਾਉਂਦੇ ਪਏ ਆ। ਜਿਹਦੇ ਵਿੱਚ ਇੱਕ ਨਾਮ ਲਊਂਗਾ ਸੁਮਨ ਕਪੂਰਥਲੇ ਤੋਂ ਕੁੜੀ ਆ, ਵੀ ਉਹਨੂੰ 57 ਲੱਖ ਰੁਪਈਆ ਉਹਦੇ ਅਕਾਊਂਟ 'ਚ ਜਾ ਚੁੱਕਾ, ਉਹਦਾ ਹਸਬੈਂਡ ਆ ਹਰਦੀਪ ਸਿੰਘ ਰਜਾਪੁਰ ਤੋਂ ਹੈਗਾ ਜੀ, ਉਹਨੂੰ 21 ਲੱਖ ਰੁਪਈਆ ਜਾ ਚੁੱਕਾ,
नियर बोर्ड जी गल करिए दो मैंबर की भी इन्हों 70 तो 75 लाख रुपया इन्हों के अकाउंट के भी यही आप करा भी जे साड़ी गल झूठ हो असी भी उदे लिए असी जो भी कहोंगे भी जो कानून कहूगा उदे लिए असी अपना गुनाह मनने लिए तैयार हाँ पर असी एक कानून अगे प्रशासन अगे यही बेनती करा भी जोड़ा पैसा लोगों का इन्हों के कोल है कृपा करके वह लोगों को वापस दवाया जाए। उन्होंने वालों जो आरोप लगाए जा रहे हैं कि विदेश भजन के बारे की सर देखो विदेश भजन दे भी अज तो साल पहले ये सारे लोगों को की आ गुमराह करते पे है जी भी इन्होंने भज जाना हट जाना अज भी जी मैं कपूरथले शहर के हाँ जे असी फ्रॉड किया हों लोगों ने धोखाधड़ी की होंगी शायद अज असी कपूरथले दे ना होंगे भी अज भी इतने लोगों के असी लोकल बैठे हाँ सिर्फ कारण भी असी किसी कोई भी फ्रॉड नहीं किया साड़ी ना ही कोई इदा की मंशा हैगी अपने घर च बैठे हाँ अपने परिवार च बैठे हाँ भी साडा इदा का कोई भी सिस्टम नहीं हैगा भी असी जे भज जाना भी मैं तो प्रशासन अगे यही चीज़ मैं रखनी हाँ भी जे किसी नूं लगता आ भी जे ये भजन की तैयारी चा जां नठण की तैयारी चा भी मेरा पासपोर्ट जिहड़ा हैगा भी मैं पुलिस प्रशासन के कोल अपना सबमिट करन नूं तैयार हाँ।